ਭਿਆਨਕ ਹਾਦਸਾ ਹੋਇਆ। ਸਾਰੀ ਦੀ ਸਾਰੀ ਇਮਾਰਤ ਮਲਬੇ ਦੇ ਵਿੱਚ ਤਬਦੀਲ ਹੋ ਗਈ। ਦੱਸਦੇ ਕਿ ਆਈਲੈਟਸ ਅਕੈਡਮੀ ਹੈ ਜੋ ਕਿ ਮਲਬੇ ਦੇ ਵਿੱਚ ਤਬਦੀਲ ਹੋ ਗਈ। ਨੌਜਵਾਨ ਇੱਥੇ ਇੰਗਲਿਸ਼ ਸਿੱਖਣ ਦੇ ਲਈ ਆਉਂਦੇ ਨੇ ਔਰ ਉਹਨਾਂ ਦੀ ਮਸਾਂ ਹੀ ਜਾਨ ਬਚੀ। ਇੱਕਦਮ ਕਰਕੇ ਇਹ ਪੂਰੀ ਇਮਾਰਤ ਮਲਬੇ ਦੇ ਵਿੱਚ ਤਬਦੀਲ ਹੋ ਗਈ, ਢਹਿ ਢੇਰੀ ਹੋ ਗਈ। ਇਹ ਤਸਵੀਰਾਂ ਤਰਨ ਤਾਰਨ ਤੋਂ ਸਾਹਮਣੇ ਆਈਆਂ ਨੇ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਸਾਰਾ ਸਮਾਨ ਮਲਬੇ ਦੇ ਥੱਲੇ ਆ ਗਿਆ ਔਰ ਇੱਥੇ ਮੌਜੂਦ ਸਟਾਫ ਅਤੇ ਜੋ ਇੱਥੇ ਆਈਲੈਟਸ ਦੀ ਕੋਚਿੰਗ ਲੈਂਦੇ ਸੀ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਤਾਂ ਪੂਰੀ ਤਰ੍ਹਾਂ ਮਲਬੇ ਦੇ ਵਿੱਚ ਇਹ ਅਕੈਡਮੀ ਤਬਦੀਲ ਹੋ ਗਈ। ਬਲੈਕ ਸਟੋਨ ਨਾਮ ਦੀ ਇਹ ਅਕੈਡਮੀ ਹੈ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਹੜੇ ਕਾਰਨਾਂ ਦੇ ਕਰਕੇ ਇਹ ਅਕੈਡਮੀ ਆ ਜਿਹੜੀ ਮਲਬੇ ਦੇ ਵਿੱਚ ਤਬਦੀਲ ਹੋਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਤਾਂ ਤਰਨ ਤਾਰਨ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ। ਜਾਨੀ ਨੁਕਸਾਨ ਤੋਂ ਬਚਾ ਰਿਹਾ, ਤਾਂ ਤਸਵੀਰਾਂ ਤਰਨ ਤਾਰਨ ਤੋਂ ਸਾਹਮਣੇ ਆਈਆਂ ਨੇ। ਤਾਂ ਵੱਡਾ ਇੱਥੇ ਨੁਕਸਾਨ ਹੋ ਸਕਦਾ ਸੀ। ਹੁਣ ਦੇਖਣਾ ਹੋਵੇਗਾ ਕਿ ਕਿਸ ਦੀ ਅਣਗਹਿਲੀ ਦੇ ਨਾਲ, ਲਾਪਰਵਾਹੀ ਦੇ ਨਾਲ ਇਹ ਹਾਦਸਾ ਹੋਇਆ। ਨਾਲ ਬਿਲਕੁਲ ਸੈਂਟਰ ਦੇ ਕਰੀਬ ਕੰਮ ਚੱਲ ਰਿਹਾ ਜੀ, ਜਦੋਂ ਨੀਹਾਂ ਕੱਢੀਆਂ ਗਈਆਂ ਉਹਨਾਂ ਵੱਲੋਂ ਤੇ ਬਿਲਡਿੰਗ ਨਾਲ ਹੀ ਥੱਲੇ ਆ ਗਈ ਸਾਰੀ। ਹਾਂਜੀ ਜੀ, ਕਰੀਬ 30 ਤੋਂ 35 ਬੱਚੇ ਪੜ੍ਹਦੇ ਸਟੂਡੈਂਟ, ਅਜੇ ਬੱਚੇ ਦਿਖਲੇ ਹੀ 10-15 ਮਿੰਟ ਹੀ ਹੋਏ ਆ ਜੀ, ਤੇ ਸਾਰੀ ਬਿਲਡਿੰਗ ਨੀਚੇ ਆ ਗਈ ਜੀ। ਸਾਰੀ ਬਿਲਡਿੰਗ ਦੇ? ਹਾਂਜੀ ਹਾਂਜੀ। ਤੇ ਕੋਈ ਜਾਨੀ ਮਾਨੀ ਨੁਕਸਾਨ ਜਾਂ ਕੋਈ ਗੱਲਬਾਤ? ਨਹੀਂ ਜੀ, ਨੁਕਸਾਨ ਬਾਕੀ ਬੱਚਿਆਂ ਦਾ ਤੇ ਕੋਈ ਨਹੀਂ ਹੋਇਆ, ਬਾਕੀ ਸਾਰਾ ਜਿੰਨਾ ਫਰਨੀਚਰ ਹੀ ਜੋ ਕੁਝ ਵਿੱਚ ਪੀਸੀ ਹੋਰ ਬਹੁਤ ਸਾਰਾ ਸਮਾਨ ਸੀ ਉਹ ਸਾਰਾ ਖਤਮ ਹੋ ਗਿਆ ਜੀ। ਤੇ ਪੁਲਿਸ ਕੰਪਲੇਂਟ ਵਗੈਰਾ ਜਾਂ ਕੁਛ ਤੁਹਾਡੇ ਵੱਲੋਂ ਹੁਣ ਕੀਤੀ ਗਈ? ਹਾਂਜੀ ਗਏ ਆ ਜੀ, ਕੰਪਲੇਂਟ ਕਰਨ ਵਾਸਤੇ ਗਏ ਆ ਜੀ ਸਾਰੇ ਘਰਦੇ ਨਾਲ। ਹਾਂਜੀ, ਫੈਮਿਲੀ ਦੇ ਮੈਂਬਰ ਵੀ ਜਿਹੜੇ ਕੁਝ ਮੌਜੂਦ ਨੇ। ਭੈਣ ਜੀ, ਕਿੰਨੀ ਦੇਰ ਤੋਂ ਤੁਹਾਡਾ ਬੇਟਾ ਸੀ ਜਾਂ ਕੌਣ ਸੀ ਜਿਹੜਾ ਚਲਾਉਂਦਾ ਸੀ? ਹਾਂਜੀ ਹਾਂਜੀ, ਬੇਟੀ ਸੀ ਸਰ। ਹਾਂਜੀ ਹਾਂ, ਬੇਟੀ ਸੀ। ਹਾਂ ਤੇ ਉਹ ਗਏ ਹੋਏ ਆ ਦੱਸਣ ਗਿਆਨ ਕੇ, ਉੱਥੇ ਕੰਪਲੇਂਟ ਕਰਨ ਵਾਸਤੇ ਗਏ ਆ। ਬਾਕੀ ਬਾਕੀ ਜੋ ਤੁਹਾਡੇ ਸਾਹਮਣੇ ਵੇਖੋ ਕਿੰਨਾ ਨੁਕਸਾਨ ਹੋ ਗਿਆ ਵਾ, ਕਾਫੀ ਨੁਕਸਾਨ। ਹਾਂਜੀ ਕਾਫੀ ਨੁਕਸਾਨ ਹੈ, ਬਹੁਤ ਜ਼ਿਆਦਾ। ਬਿਲਕੁਲ, ਇਹ ਫੈਮਿਲੀ ਦੇ ਮੈਂਬਰ ਸੀ ਔਰ ਤਸਵੀਰ ਤੁਹਾਨੂੰ ਇੱਕ ਵਾਰ ਇਸ ਅਕੈਡਮੀ ਦੀ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਾਰੀ ਇਮਾਰਤ ਹੈ ਢਹਿ ਢੇਰੀ ਹੋ ਗਈ ਹੈ। ਹਾਲਾਂਕਿ ਕਈ ਸਮਾਨ ਵੀ ਜਿਹੜਾ ਇਸ ਅਕੈਡਮੀ ਦੇ ਵਿੱਚ ਮੌਜੂਦ ਸੀ ਔਰ ਤਸਵੀਰਾਂ ਤੁਸੀਂ ਉੱਧਰ ਦੇਖ ਸਕਦੇ ਹੋ ਕਿ ਏਸੀ ਵਗੈਰਾ ਜਿਹੜਾ ਹੈ ਸਾਰਾ ਕੁਝ ਟ੍ਰੈਸ ਨੈਸ ਹੋ ਗਿਆ। ਹਾਲਾਂਕਿ ਦੱਸਿਆ ਜਾ ਰਿਹਾ ਕਿ 15 ਤੋਂ 10 ਕੁ ਮਿੰਟ ਪਹਿਲਾਂ ਜਿਹੜੇ ਸੀ ਸਟੂਡੈਂਟ ਜਿਹੜੇ ਇੱਥੇ ਪੜ੍ਹਦੇ ਸੀ ਉਹ ਇੱਥੋਂ ਹਾਲੇ ਗਏ ਸੀ ਛੁੱਟੀ ਕਰਕੇ ਔਰ ਲਾਗੇ ਜਿਹੜੀਆਂ ਦੱਸਿਆ ਜਾ ਰਿਹਾ ਕਿ ਨੀਹਾਂ ਭਰੀਆਂ ਜਾ ਰਹੀਆਂ ਨੇ ਜਿਸ ਕਾਰਨ ਇਹ ਸਾਰੀ ਗੱਲਬਾਤ ਹੋਈ ਹੈ। ਹਾਲਾਂਕਿ ਇਹ ਵੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਜਿਹੜੀ ਨੀਹਾਂ ਦੀ ਗੱਲਬਾਤ ਫੈਮਿਲੀ ਦੱਸ ਰਹੀ ਹੈ ਕਿ ਇਸ ਵਜ੍ਹਾ ਨਾਲ ਫਿਲਹਾਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿਸ ਕਾਰਨ ਸਾਰੀ ਇਹ ਡਿੱਗੀ ਔਰ ਮਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਟੂਡੈਂਟਸ ਜਿਹੜੇ ਕੁਝ ਦੇਰ ਪਹਿਲਾਂ ਇੱਥੋਂ ਲੰਘ ਗਏ ਸੀ ਔਰ ਚਲੇ ਗਏ ਸੀ ਛੁੱਟੀ ਕਰਕੇ ਸੀ ਔਰ ਇਮਾਰਤ ਸਾਰੀ ਜਿਹੜੀ ਹੈ ਢਹਿ ਢੇਰੀ ਹੋ ਗਈ ਹੈ। ਇਹ ਚੋਹਲਾ ਸਾਹਿਬ ਦੀਆਂ ਤਸਵੀਰਾਂ ਨੇ, ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਚੋਹਲਾ ਸਾਹਿਬ ਵਿਖੇ ਇਹ ਅਕੈਡਮੀ ਜਿਹੜੀ ਸੀ ਚਲਾਈ ਜਾ ਰਹੀ ਸੀ। ਹਾਲਾਂਕਿ ਮੇਨ ਰੋਡ ਤੇ ਸੀ ਔਰ ਕਾਫੀ ਜਾਨੀ ਮਾਨੀ ਨੁਕਸਾਨ ਤੋਂ ਜਿਹੜਾ ਹੈ ਬਚਾ ਰਿਹਾ ਹੈ। ਫਿਲਹਾਲ ਪੁਲਿਸ ਜਾਂਚ ਕੀਤੀ ਜਾ ਰਹੀ ਹੈ ਔਰ ਪਰਿਵਾਰ ਦਾ ਕਹਿਣਾ ਕਿ ਦਰਖਾਸਤ ਜਿਹੜੀ ਹੈ ਪੁਲਿਸ ਸਟੇਸ਼ਨ ਦਿੱਤੀ ਗਈ ਹੈ, ਫਿਲਹਾਲ ਜਾਂਚ ਦਾ ਵਿਸ਼ਾ ਹੈ।